ਐਮਐਲਏ ਰਮਨ ਅਰੋੜਾ ਸਾਡੇ ਨਾਲ ਮੌਜੂਦ ਨੇ। ਰਮਨ ਜੀ, ਜਿਸ ਤਰ੍ਹਾਂ ਕੰਟਰੋਵਰਸੀ ਚੱਲ ਰਹੀ ਸੀ ਪਹਿਲਾਂ, ਜਿਵੇਂ ਉਹਨਾਂ ਨੇ ਵੀ ਜ਼ਿਕਰ ਕੀਤਾ, ਤੁਹਾਡੇ ਦੋਸਤ ਦੋਨੋਂ ਤਰਫ ਸੀ, ਸੋ ਅੱਜ ਖੁਸ਼ੀ ਕਿਸ ਚੀਜ਼ ਦੀ? ਨਹੀਂ, ਦੇਖੋ, ਦੋਸਤੀ ਜਿਹੜੀ ਆ ਉਹ ਇੱਕ ਲਹਿਦਾ ਮੈਟਰ ਆ, ਪਰ ਜੋ ਪਾਰਟੀਆਂ ਦੀ ਨੀਤੀਆਂ ਦੇ ਨਾਲ ਖੜਾ, ਉਹ ਸਾਡਾ ਦੋਸਤ। ਰੁਝਾਨ ਚੱਲ ਰਹੀ ਸੀ, ਔਰ ਇੱਕ ਵਾਰ ਹੁਣ ਜਿਹੜੇ ਹੁਣ ਤੱਕ ਦੇ ਰੁਝਾਨ ਹੈ ਉਹਦੇ ਵਿੱਚ ਮਹਿੰਦਰ ਭਗਤ ਹੀ ਅੱਗੇ ਨੇ, ਲੇਕਿਨ ਸ਼ੀਤਲ ਉਂਗਰਾਲ ਦੂਜੇ ਛੱਡ ਕੇ ਤੀਜੇ ਤੇ ਨੇ। ਦੇਖੋ, ਮੈਂ ਪਹਿਲਾਂ ਹੀ ਤੁਹਾਨੂੰ ਕਹਿ ਰਿਹਾ, ਲੋਕੀ ਜੋ ਅੱਛੀਆਂ ਨੀਤੀਆਂ ਨੂੰ ਪਸੰਦ ਕਰਦੇ ਨੇ, ਲੋਕੀ ਕੰਮਾਂ ਨੂੰ ਪਸੰਦ ਕਰਦੇ ਨੇ, ਲੋਕੀ ਗੱਲਾਂ ਨੂੰ ਨਹੀਂ ਪਸੰਦ ਕਰਦੇ, ਲੋਕੀ ਚੰਮ ਨਾਲ ਪਿਆਰ ਨਹੀਂ ਕਰਦੇ, ਲੋਕੀ ਕੰਮ ਨਾਲ ਪਿਆਰ ਕਰਦੇ, ਇਹ ਲੋਕਾਂ ਨੇ ਦੱਸਤਾ। ਮਹਿੰਦਰ ਭਗਤ ਦੇ ਪਰਿਵਾਰ ਦਾ ਕੈਰੇਕਟਰ ਇੱਕ ਪਾਸੇ, ਔਰ ਇੱਕ ਪਾਸੇ ਸੀਐਮ ਮਾਨ ਜਾਂ ਪਾਰਟੀ ਦੀ ਕੈਂਪੇਨਿੰਗ, ਤੁਹਾਨੂੰ ਲੱਗਦਾ ਸਭ ਤੋਂ ਜ਼ਿਆਦਾ ਵੇਟੇਜ ਕਿਹਦੀ ਰਹੀ? ਨਹੀਂ, ਦੇਖੋ, ਜੋ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਆਪਣਾ ਕਾਰਜ, ਜੋ ਉਹਨਾਂ ਨੇ ਪਰਿਵਾਰ ਨੇ ਕੀਤਾ ਵਾ, ਜੋ ਉਹਨਾਂ ਨੇ ਕਰਕੇ ਦਿਖਾਤਾ, ਉਹ ਕੋਈ ਕਰ ਨਹੀਂ ਸਕਦਾ। ਉਹਨਾਂ ਦੀ ਮਿਹਨਤ ਦਾ ਸਦਕਾ, ਔਰ ਭਗਤ ਜੀ ਦੇ ਪਰਿਵਾਰ ਦੀ ਸ਼ਰਾਫਤ ਦਾ ਸਦਕਾ, ਔਰ ਪੂਰੇ 92 ਐਮਐਲਏ, 45 ਚੇਅਰਮੈਨ, ਔਰ ਪੂਰੀ ਸਮੁੱਚੀ ਟੀਮ ਵਰਕਰਾਂ ਨੇ, ਅਹੁਦੇਦਾਰਾਂ ਨੇ ਜੋ ਮਿਹਨਤ ਕਰ ਦਿੱਤੀ ਆ, ਉਹਦਾ ਮੁੱਲ ਕੋਈ ਵੀ ਨਹੀਂ ਚੁਕਾ ਸਕਦਾ ਜੀ। ਸਾਡੇ ਨਾਲ ਰਮਨ ਅਰੋੜਾ, ਜਲੰਧਰ ਸੈਂਟਰਲ ਤੋਂ ਵਿਧਾਇਕ ਨੇ, ਦੂਸਰੇ ਪਾਸੇ ਤੁਹਾਨੂੰ ਤਸਵੀਰਾਂ ਉਹਨਾਂ ਦੇ ਘਰ ਦੇ ਅੰਦਰ ਦੀਆਂ ਦਿਖਾਉਂਦੇ ਆ। ਘਰ ਦੇ ਅੰਦਰ ਕਿਸ ਤਰੀਕੇ ਸੈਲੀਬ੍ਰੇਸ਼ਨ ਚੱਲ ਰਹੀ ਹੈ? ਮਹਿੰਦਰ ਭਗਤ ਉਹਨਾਂ ਐਮਐਲਏ ਰਮਨ ਅਰੋੜਾ ਸਾਡੇ ਨਾਲ ਮੌਜੂਦ ਨੇ। ਰਮਨ ਜੀ, ਜਿਸ ਤਰ੍ਹਾਂ ਕੰਟਰੋਵਰਸੀ ਚੱਲ ਰਹੀ ਸੀ ਪਹਿਲਾਂ, ਜਿਵੇਂ ਉਹਨਾਂ ਨੇ ਵੀ ਜ਼ਿਕਰ ਕੀਤਾ, ਤੁਹਾਡੇ ਦੋਸਤ ਦੋਨੋਂ ਤਰਫ ਸੀ, ਸੋ ਅੱਜ ਖੁਸ਼ੀ ਕਿਸ ਚੀਜ਼ ਦੀ? ਨਹੀਂ, ਦੇਖੋ, ਦੋਸਤੀ ਜਿਹੜੀ ਆ ਉਹ ਇੱਕ ਲਹਿਦਾ ਮੈਟਰ ਆ, ਪਰ ਜੋ ਪਾਰਟੀਆਂ ਦੀ ਨੀਤੀਆਂ ਦੇ ਨਾਲ ਖੜਾ, ਉਹ ਸਾਡਾ ਦੋਸਤ। ਸਵੇਰ ਦੀ ਜੋ ਰੁਝਾਨ ਚੱਲ ਰਹੀ ਸੀ, ਔਰ ਇੱਕ ਵਾਰ ਹੁਣ ਜਿਹੜੇ ਹੁਣ ਤੱਕ ਦੇ ਰੁਝਾਨ ਹੈ ਉਹਦੇ ਵਿੱਚ ਮਹਿੰਦਰ ਭਗਤ ਹੀ ਅੱਗੇ ਨੇ, ਲੇਕਿਨ ਸ਼ੀਤਲ ਉਂਗਰਾਲ ਦੂਜੇ ਛੱਡ ਕੇ ਤੀਜੇ ਤੇ ਨੇ। ਦੇਖੋ, ਮੈਂ ਪਹਿਲਾਂ ਹੀ ਤੁਹਾਨੂੰ ਕਹਿ ਰਿਹਾ, ਲੋਕੀ ਜੋ ਅੱਛੀਆਂ ਨੀਤੀਆਂ ਨੂੰ ਪਸੰਦ ਕਰਦੇ ਨੇ, ਲੋਕੀ ਕੰਮਾਂ ਨੂੰ ਪਸੰਦ ਕਰਦੇ ਨੇ, ਲੋਕੀ ਗੱਲਾਂ ਨੂੰ ਨਹੀਂ ਪਸੰਦ ਕਰਦੇ, ਲੋਕੀ ਚੰਮ ਨਾਲ ਪਿਆਰ ਨਹੀਂ ਕਰਦੇ, ਲੋਕੀ ਕੰਮ ਨਾਲ ਪਿਆਰ ਕਰਦੇ, ਇਹ ਲੋਕਾਂ ਨੇ ਦੱਸਤਾ। ਮਹਿੰਦਰ ਭਗਤ ਦੇ ਪਰਿਵਾਰ ਦਾ ਕੈਰੇਕਟਰ ਇੱਕ ਪਾਸੇ, ਔਰ ਇੱਕ ਪਾਸੇ ਸੀਐਮ ਮਾਨ ਜਾਂ ਪਾਰਟੀ ਦੀ ਕੈਂਪੇਨਿੰਗ, ਤੁਹਾਨੂੰ ਲੱਗਦਾ ਸਭ ਤੋਂ ਜ਼ਿਆਦਾ ਵੇਟੇਜ ਕਿਹਦੀ ਰਹੀ? ਨਹੀਂ, ਦੇਖੋ, ਜੋ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਆਪਣਾ ਕਾਰਜ, ਜੋ ਉਹਨਾਂ ਨੇ ਪਰਿਵਾਰ ਨੇ ਕੀਤਾ, ਜੋ ਉਹਨਾਂ ਨੇ ਕਰਕੇ ਦਿਖਾਤਾ, ਉਹ ਕੋਈ ਕਰ ਨਹੀਂ ਸਕਦਾ। ਉਹਨਾਂ ਦੀ ਮਿਹਨਤ ਦਾ ਸਦਕਾ, ਔਰ ਭਗਤ ਜੀ ਦੇ ਪਰਿਵਾਰ ਦੀ ਸ਼ਰਾਫਤ ਦਾ ਸਦਕਾ, ਔਰ ਪੂਰੇ 92 ਐਮਐਲਏ, 45 ਚੇਅਰਮੈਨ, ਔਰ ਪੂਰੀ ਸਮੁੱਚੀ ਟੀਮ ਵਰਕਰਾਂ ਨੇ, ਅਹੁਦੇਦਾਰਾਂ ਨੇ ਜੋ ਮਿਹਨਤ ਕਰ ਦਿੱਤੀ ਆ, ਉਹਦਾ ਮੁੱਲ ਕੋਈ ਵੀ ਨਹੀਂ ਚੁਕਾ ਸਕਦਾ ਜੀ। ਸਾਡੇ ਨਾਲ ਰਮਨ ਅਰੋੜਾ, ਜਲੰਧਰ ਸੈਂਟਰਲ ਤੋਂ ਵਿਧਾਇਕ ਨੇ, ਦੂਸਰੇ ਪਾਸੇ ਤੁਹਾਨੂੰ ਤਸਵੀਰਾਂ ਉਹਨਾਂ ਦੇ ਘਰ ਦੇ ਅੰਦਰ ਦੀਆਂ ਦਿਖਾਉਂਦੇ ਆ। ਘਰ ਦੇ ਅੰਦਰ ਕਿਸ ਤਰੀਕੇ ਸੈਲੀਬ੍ਰੇਸ਼ਨ ਚੱਲ ਰਹੀ ਹੈ? ਮਹਿੰਦਰ ਭਗਤ ਉਹਨਾਂ ਐਮਐਲਏ ਰਮਨ ਅਰੋੜਾ ਸਾਡੇ ਨਾਲ ਮੌਜੂਦ ਨੇ। ਰਮਨ ਜੀ, ਜਿਸ ਤਰ੍ਹਾਂ ਕੰਟਰੋਵਰਸੀ ਚੱਲ ਰਹੀ ਸੀ ਪਹਿਲਾਂ, ਜਿਵੇਂ ਉਹਨਾਂ ਨੇ ਵੀ ਜ਼ਿਕਰ ਕੀਤਾ, ਤੁਹਾਡੇ ਦੋਸਤ ਦੋਨੋਂ ਤਰਫ ਸੀ, ਸੋ ਅੱਜ ਖੁਸ਼ੀ ਕਿਸ ਚੀਜ਼ ਦੀ? ਨਹੀਂ, ਦੇਖੋ, ਦੋਸਤੀ ਜਿਹੜੀ ਆ ਉਹ ਇੱਕ ਲਹਿਦਾ ਮੈਟਰ ਆ, ਪਰ ਜੋ ਪਾਰਟੀਆਂ ਦੀ ਨੀਤੀਆਂ ਦੇ ਨਾਲ ਖੜਾ, ਉਹ ਸਾਡਾ ਦੋਸਤ। ਸਵੇਰ ਦੀ ਜੋ ਰੁਝਾਨ ਚੱਲ ਰਹੀ ਸੀ, ਔਰ ਇੱਕ ਵਾਰ ਹੁਣ ਜਿਹੜੇ ਹੁਣ ਤੱਕ ਦੇ ਰੁਝਾਨ ਹੈ ਉਹਦੇ ਵਿੱਚ ਮਹਿੰਦਰ ਭਗਤ ਹੀ ਅੱਗੇ ਨੇ, ਲੇਕਿਨ ਸ਼ੀਤਲ ਉਂਗਰਾਲ ਦੂਜੇ ਛੱਡ ਕੇ ਤੀਜੇ ਤੇ ਨੇ। ਦੇਖੋ, ਮੈਂ ਪਹਿਲਾਂ ਹੀ ਤੁਹਾਨੂੰ ਕਹਿ ਰਿਹਾ, ਲੋਕੀ ਜੋ ਅੱਛੀਆਂ ਨੀਤੀਆਂ ਨੂੰ ਪਸੰਦ ਕਰਦੇ ਨੇ, ਲੋਕੀ ਕੰਮਾਂ ਨੂੰ ਪਸੰਦ ਕਰਦੇ ਨੇ, ਲੋਕੀ ਗੱਲਾਂ ਨੂੰ ਨਹੀਂ ਪਸੰਦ ਕਰਦੇ, ਲੋਕੀ ਚੰਮ ਨਾਲ ਪਿਆਰ ਨਹੀਂ ਕਰਦੇ, ਲੋਕੀ ਕੰਮ ਨਾਲ ਪਿਆਰ ਕਰਦੇ, ਇਹ ਲੋਕਾਂ ਨੇ ਦੱਸਤਾ। ਮਹਿੰਦਰ ਭਗਤ ਦੇ ਪਰਿਵਾਰ ਦਾ ਕੈਰੇਕਟਰ ਇੱਕ ਪਾਸੇ, ਔਰ ਇੱਕ ਪਾਸੇ ਸੀਐਮ ਮਾਨ ਜਾਂ ਪਾਰਟੀ ਦੀ ਕੈਂਪੇਨਿੰਗ, ਤੁਹਾਨੂੰ ਲੱਗਦਾ ਸਭ ਤੋਂ ਜ਼ਿਆਦਾ ਵੇਟੇਜ ਕਿਹਦੀ ਰਹੀ? ਨਹੀਂ, ਦੇਖੋ, ਜੋ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਆਪਣਾ ਕਾਰਜ, ਜੋ ਉਹਨਾਂ ਨੇ ਪਰਿਵਾਰ ਨੇ ਕੀਤਾ ਵਾ, ਜੋ ਉਹਨਾਂ ਨੇ ਕਰਕੇ ਦਿਖਾਤਾ, ਉਹ ਕੋਈ ਕਰ ਨਹੀਂ ਸਕਦਾ। ਉਹਨਾਂ ਦੀ ਮਿਹਨਤ ਦਾ ਸਦਕਾ, ਔਰ ਭਗਤ ਜੀ ਦੇ ਪਰਿਵਾਰ ਦੀ ਸ਼ਰਾਫਤ ਦਾ ਸਦਕਾ, ਔਰ ਪੂਰੇ 92 ਐਮਐਲਏ, 45 ਚੇਅਰਮੈਨ, ਔਰ ਪੂਰੀ ਸਮੁੱਚੀ ਟੀਮ ਵਰਕਰਾਂ ਨੇ, ਅਹੁਦੇਦਾਰਾਂ ਨੇ ਜੋ ਮਿਹਨਤ ਕਰ ਦਿੱਤੀ ਆ, ਉਹਦਾ ਮੁੱਲ ਕੋਈ ਵੀ ਨਹੀਂ ਚੁਕਾ ਸਕਦਾ ਜੀ। ਸਾਡੇ ਨਾਲ ਰਮਨ ਅਰੋੜਾ, ਜਲੰਧਰ ਸੈਂਟਰਲ ਤੋਂ ਵਿਧਾਇਕ ਨੇ, ਦੂਸਰੇ ਪਾਸੇ ਤੁਹਾਨੂੰ ਤਸਵੀਰਾਂ ਉਹਨਾਂ ਦੇ ਘਰ ਦੇ ਅੰਦਰ ਦੀਆਂ ਦਿਖਾਉਂਦੇ ਆ। ਘਰ ਦੇ ਅੰਦਰ ਕਿਸ ਤਰੀਕੇ ਸੈਲੀਬ੍ਰੇਸ਼ਨ ਚੱਲ ਰਹੀ ਹੈ? ਮਹਿੰਦਰ ਭਗਤ